सत श्री अकाल जी, साडा चैनल देख रहे सारे भैन भरावां नूं। ते अज असीं इतिहासक गुरद्वारा साहिब माता सुंदर कौर जी दे स्थान ते आए हां ते तुहानूं दसदे हां इत्थों दा इतिहास, ते जुड़े रहो साडे नाल। छौणी नहिंग सिंघां बुढ़ा दल, सैक्टर 70, मोहाली। माता सुंदर कौर जी ते गुरु गोबिंद सिंह जी जदों सरसा नदी के किनारे तो विछड़े सन, तां भाई मणि सिंह जी ते बाबा नार सिंह जी शहीद, जो गुरु गोबिंद सिंह जी महाराज के गड़बई सन, उन्हां समेत माता सुंदर कौर जी इत्थे पुजे ते विश्राम किया। बाबा नार सिंह जी शहीद ने अपने शुभ हत्थां नाल खूह ते अंब दा इत्थे बूटा लाया सीगा, तुहानूं दे दर्शन कराउणे आ। आओ पहले आपां दरबार साहब चलते, अंदर मत्था टेकते हैं, फिर खूह के दर्शन कराउणे आ। ਇਹ ਹੈ ਜੀ ਉਹ ਪੁਰਾਤਨ ਖੂਹ ਜੋ ਉਸ ਸਮੇਂ ਗੁਰੂ ਮਹਾਰਾਜ ਦੇ ਸਮੇਂ ਵੇਲੇ ਦਾ ਹੈ, ਮਾਤਾ ਸੁੰਦਰ ਕੌਰ ਜੀ ਦੇ ਸਮੇਂ ਵੇਲੇ ਦਾ ਹੈ। ਹੁਣ ਇੱਥੇ ਨਲਕਾ ਲੱਗਾ ਹੋਇਆ ਹੈ। ਅੱਜ ਕੱਲ੍ਹ ਵੈਸੇ ਖੂਹ ਤਾਂ ਅਲੋਪ ਹੀ ਹੋ ਗਏ ਆ, ਬਹੁਤ ਘੱਟ ਹੀ, ਕੁਛ ਕੁ ਇਤਿਹਾਸਕ ਖੂਹ ਹੀ ਰਹਿ ਗਏ ਆ ਜਿਹੜੇ ਪੁਰਾਣੇ ਟਾਈਮਾਂ ਦੇ ਸੀ, ਅਤੇ ਨਲਕਿਆਂ 'ਚ ਵੀ ਹੁਣ ਤਾਂ ਪਾਣੀ ਨਹੀਂ ਆਉਂਦਾ ਗਾ। ਇੱਧਰਲੀ ਸਾਈਡ ਬਾਗ ਦਰਖਤ ਬਹੁਤ ਹਰੇ ਭਰੇ ਦਰਖਤ ਲੱਗੇ ਹੋਏ ਆ, ਅਤੇ ਅੰਬ ਦਾ ਦਰਖਤ ਉਹ ਹੁਣ ਕਿਤੇ ਦਿਖ ਨਹੀਂ ਰਿਹਾ ਗਾ। ਪੁਰਾਤਨ ਅੰਬ ਦੇ ਦਰਖਤ ਦੀ ਇੱਥੇ ਹੁਣ ਕੋਈ ਨਿਸ਼ਾਨੀ ਨਹੀਂ ਗੀ। ਮੁੱਖ ਪ੍ਰਬੰਧਕ ਇੱਥੋਂ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਉਹ ਇੱਥੋਂ ਦੀ ਸਾਂਭ ਸੰਭਾਲ ਕਰਦੇ ਨੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ। ਆਪਣਾ ਲਾਈਕ, ਕਮੈਂਟ, ਸ਼ੇਅਰ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਮਿਲਦੇ ਹਾਂ ਜਲਦੀ ਹੀ ਨਵੀਂ ਕਿਸੇ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰਾਖਾ, ਧੰਨਵਾਦ ਜੀ ਸਾਰਿਆਂ ਦਾ।